ਲੋ ਵੀ ਅੱਜ ਦੋਸਤੋ ਭਾਈਓ, ਅੱਜ ਤੋਂ ਸਾਨੂੰ ਇੱਕ ਐਸੇ ਫਿਲਮ ਸਟਾਰ ਦੀ ਕਹਾਣੀ ਦੋਸਤ ਭਾਈਆਂ ਨਾਲ ਸ਼ੇਅਰ ਕਰ ਲੈਣ ਲੱਗੇ ਹਾਂ। ਅਤੇ ਮਸ਼ਹੂਰ ਫਿਲਮ ਸਟਾਰ ਦੀ ਕਹਾਣੀ ਸਟੋਰੀ ਸ਼ੇਅਰ ਕਰਨ ਤੋਂ ਪਹਿਲਾਂ ਤਮਾਮ ਦੁਨੀਆ ਦੇ ਦੋਸਤ ਭਾਈਆਂ ਨਾਲ ਸਾਡੀ ਗੁਜ਼ਾਰਿਸ਼ ਹੈ, ਅਰਜ਼ ਹੈ, ਅਤੇ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਲਦੀ ਨਾਲ ਸਬਸਕ੍ਰਾਈਬ ਕਰਕੇ ਨਾਲ ਆਲ ਦੇ ਬਟਨ ਨੂੰ ਲਾਜ਼ਮੀ ਦਬਾ ਦਿਓ ਤਾਂ ਕਿ ਅਸੀਂ ਜਿਹੜੀ ਵੀ ਨਵੀਂ ਵੀਡੀਓ ਦੋਸਤ ਭਾਈਆਂ ਲੈ ਕੇ ਆਵਾਂ, ਨਵੀਂ ਵੀਡੀਓ ਲੈ ਕੇ ਆਵਾਂ ਵਲੌਗ ਦੀ, ਔਰ ਇੱਕ ਜ਼ਬਰਦਸਤ ਕਿਸਮ ਦੀ ਕਹਾਣੀ ਉਸ ਨੋਟੀਫਿਕੇਸ਼ਨ ਤੋਂ ਸਾਨੂੰ ਮਿਲਦਾ ਰਹੇ। ਮੈਂ ਹਾਂ ਰਿਆਜ਼ ਗੋਂਦਲ, ਸਾਡਾ ਯੂਟਿਊਬ ਚੈਨਲ ਧਨੀ ਵਲੌਗ ਤੁਸੀਂ ਦੇਖ ਰਹੇ ਹੋ। ਅੱਜ ਮਸ਼ਹੂਰ ਫਿਲਮ ਸਟਾਰ ਦੀ ਕਹਾਣੀ ਇਹ ਦੋ ਹਿੱਸੇ ਆਪਣੇ ਦੋਸਤ ਭਾਈਆਂ ਨਾਲ ਸ਼ੇਅਰ ਕਰਦਾ। ਪਹਿਲੀ ਜ਼ਿੰਦਗੀ ਉਹਨਾਂ ਦੀ ਇਬਤਦਾਈ ਪੈਦਾਇਸ਼ ਨਾਲ ਤਾਲੀਮੀ ਕੈਰੀਅਰ, ਅੱਗੇ ਬੱਚੇ ਉਹਨਾਂ ਦੇ ਕਿਤਨੇ, ਅਤੇ ਉਹਨਾਂ ਦਾ ਉਹਨਾਂ ਪਹਿਲਾ ਕਰੈਕਟਰ ਕਿਰਦਾਰ ਕੀ ਸੀ, ਅਤੇ ਫਿਰ ਦੂਸਰਾ ਪਾਰਟ ਉਹ ਸੀ ਜੀ ਫਿਲਮੀ ਦੁਨੀਆ, ਕਿ ਫਿਲਮੀ ਦੁਨੀਆ 'ਚ ਉਹਨਾਂ ਕੀ ਕੰਮ ਕੀਤੇ ਅਤੇ ਕੇ ਇਹ ਜੀ ਪਹਿਲਾ ਪਾਰਟ ਦੋਸਤਾਂ ਭਾਈਆਂ ਨਾਲ ਸ਼ੇਅਰ ਕਰਨੇ ਆ। ਇਹ ਸਾਡੇ ਫਿਲਮ ਸਟਾਰ, ਨਾਮਵਰ ਫਿਲਮ ਸਟਾਰ ਇਬਤਦਾਈ ਉਹਨਾਂ ਦੀ ਜ਼ਿੰਦਗੀ, ਤਾਲੀਮ ਇਹਨੇ ਕਿੱਥੇ ਕੀਤੀ, ਪੈਦਾਇਸ਼ ਇਹਨਾਂ ਦੀ ਕਿੱਥੇ ਹੋਈ ਹੈ, ਅਤੇ ਪਹਿਲਾ ਸਫ਼ਰ ਇਹਨਾਂ ਕਿਸ ਤਰ੍ਹਾਂ ਸ਼ੁਰੂ ਕੀਤਾ। ਅਤੇ ਦੋਸਤ ਭਾਈ ਨਾਲ ਸ਼ੇਅਰ ਕਰਦੇ ਹਾਂ ਜੀ, ਇਹ ਹੈ ਸਾਡੇ ਫਿਲਮ ਸਟਾਰ, ਬੜੇ ਲੈਜੰਡ ਅਦਾਕਾਰ ਅਤੇ ਬੜੇ ਜ਼ਬਰਦਸਤ ਕਿਸਮ ਦੇ ਅਦਾਕਾਰ, ਅਦਾਕਾਰੀਆਂ ਵੀ ਇਹਨੇ ਬੜੀਆਂ ਕੀਤੀਆਂ। ਇਹਨਾਂ ਦੀ ਤਾਰੀਖ ਪੈਦਾਇਸ਼ ਕਿੱਥੇ ਹੋਈ ਹੈ ਅਤੇ ਕਿਸ ਸੰਨ ਦੇ ਵਿੱਚ ਹੋਈ ਹੈ, ਇਹਨਾਂ ਦੀ ਤਾਰੀਖ ਪੈਦਾਇਸ਼ ਪਾਕਿਸਤਾਨ ਦੇ ਨਾਮਵਰ ਸ਼ਹਿਰ, ਉਹ ਜਿਹਨੇ ਕਹਿੰਦੇ ਜਿਹਨੇ ਉਹ ਸ਼ਹਿਰ ਨਹੀਂ ਵੇਖਿਆ ਉਹ ਜੰਮੇ ਨਹੀਂ, ਉਹ ਕਿਹੜਾ ਸ਼ਹਿਰ ਹੈ ਜੀ, ਸ਼ਹਿਰ ਲਾਹੌਰ, ਲਾਹੌਰ ਦੇ ਵਿੱਚ ਹੀ ਇਹਨਾਂ ਦੀ ਪੈਦਾਇਸ਼ ਹੋਈ ਹੈ ਜੀ। ਨਾਂ ਇਹਨਾਂ ਦਾ ਜੀ ਸ਼ਫਕਤ ਹੁਸੈਨ ਚੀਮਾ, ਨਾਂ ਤੁਸੀਂ ਸੁਣਨ ਤੋਂ ਬਾਅਦ ਸੁਣ ਲਿਆ ਅਸੀਂ, ਔਰ ਜ਼ਬਰਦਸਤ ਇੰਜੋਏ ਵੀ ਕੀਤਾ ਅਸੀਂ ਕਿ ਸ਼ਫਕਤ ਚੀਮਾ, ਅਤੇ ਜਿਹੜੇ ਫਿਲਮੀ ਦੁਨੀਆ ਨਾਲ ਜਿਹਨਾਂ ਦਾ ਵਾਸਤਾ ਪਿਆ, ਜਿਹਨਾਂ ਲੋਕਾਂ ਫਿਲਮਾਂ ਵੇਖੀਆਂ, ਪੁਰਾਣੇ ਅਦਾਕਾਰ ਲੈ ਜਿਹੜਾ ਅਦਾਕਾਰ ਉਹਨਾਂ ਜੋ ਇਹ ਸ਼ਾਮਿਲ ਸਨ, ਅਤੇ ਹਾਲੇ ਤੱਕ ਆਜ਼ਾਦ ਹੋ ਜਿੰਦਾ ਹਨ। ਅਤੇ ਲਾਹੌਰ ਦੇ ਵਿੱਚ ਇਹਨਾਂ ਜੀ 1955 ਦੇ ਵਿੱਚ ਉਹ ਪੈਦਾਇਸ਼ ਹੋਈ ਹੈ, ਸ਼ਫਕਤ ਹੁਸੈਨ ਚੀਮਾ। ਅਤੇ ਵਾਲਦ ਸਾਹਿਬ ਇਹਨਾਂ ਦੇ ਆਲਮੇ ਦੀਨ ਸਨ। ਜ਼ਹਿਰੀ ਗੱਲ ਹੈ ਘਰ ਦੇ ਵਿੱਚ ਵਾਲਦ ਜਿਸ ਤਰ੍ਹਾਂ ਹੋ ਜਾਣ, ਔਲਾਦ ਵੀ ਤਕਰੀਬਨ ਉਸ ਤਰ੍ਹਾਂ ਹੋ ਜਾਂਦੀ, ਬਹਰਹਾਲ ਕਈਆਂ ਦੀ ਔਲਾਦ ਦੂਸਰੇ ਸਟੈਪ ਦੀ ਤਰਫ ਚਲੀ ਜਾਂਦੀ ਹੈ, ਕੋਈ ਆਲਮੇ ਦੀਨ ਹੋ ਜਾਂਦੇ ਤਾਂ ਕੋਈ ਗੁਲੂਕਾਰ ਫਨਕਾਰ ਬਣ ਜਾਂਦੇ ਹਨ, ਤਾਂ ਕੋਈ ਕ੍ਰਿਕਟਰ ਬਣ ਜਾਂਦੇ, ਤਾਂ ਕੋਈ ਕੋਈ, ਲੇਕਿਨ ਇਹ ਇਹਨਾਂ ਦੇ ਵਾਲਦ ਆਲਮੇ ਦੀਨ ਹੋਣ ਦੇ ਨਾਤੇ ਇਹਨਾਂ ਵੀ ਖੁਦ ਇਬਤਦਾਈ ਤਾਲੀਮ ਲਾਹੌਰ ਦੇ ਵਿੱਚ ਹਾਸਲ ਕੀਤੀ ਹੈ। ਹਾਸਲ ਕਰਨ ਤੋਂ ਬਾਅਦ ਇਹਨੇ ਵੀ ਉੱਥੇ ਦਰਸ ਦੇ ਵਿੱਚ ਆਪਣੀ ਦੀਨੀ ਤਾਲੀਮ ਹਾਸਲ ਕੀਤੀ ਹੈ, ਇਹ ਵੀ ਇੱਕ ਹਾਫਿਜ਼ ਵੀ ਹਨ ਔਰ ਹਿਫਜ਼ ਵੀ ਨਾ ਕੀਤਾ, ਮਤਲਬ ਇਹ ਨਾ ਸਮਝੋ ਕਿ ਫਿਲਮ ਸਟਾਰ ਇਹਨਾਂ ਦੀ ਮਤਲਬ ਹੈ ਹਿਫਜ਼ ਨਹੀਂ ਕੀਤਾ, ਜਾਂ ਇਹਨਾਂ ਨੂੰ ਮਤਲਬ ਹੋਰ ਦੀਨ ਦੁਨੀਆ ਦਾ ਮਤਲਬ ਹੈ ਮਾਮਲਾਤ ਨੂੰ
ਲੇਕਿਨ ਇਹ ਕਿ ਇਹਨਾਂ ਨੂੰ ਦੀਨ ਨੇ ਵੀ ਬੜਾ ਲਗਾਓ ਸੀ ਔਰ ਦੀਨ ਜਾਰੀ ਘਰ ਵਾਲੇ ਸਾਹਿਬ ਅਗਰ ਆਲਮੇ ਦੀਨ ਸਨ ਤਾਂ ਇਹਨਾਂ ਨੇ ਵੀ ਦੀਨ ਨਾਲ ਬੜਾ ਲਗਾਓ ਹੋਇਆ ਔਰ ਇਹਨੇ ਵੀ ਆਲਮ ਬਣੇ ਹਿਫਜ਼ ਕੀਤਾ ਨੇ ਔਰ ਆਲਮ ਬਣੇ ਔਰ ਮੁਖਤਲਿਫ ਮਰਹਲਿਆਂ ਦੇ ਵਿੱਚ ਇਹਨੇ ਤਕਰੀਰਾਂ ਵੀ ਕੀਤੀਆਂ ਸਮਝ ਆ ਗਈ ਹੈ ਅਸਲਾਤੁ ਖੈਰੁਮ ਮਿਨਲ ਉੱਠ ਬੋ ਤੇਰੀ ਨੀਂਦ ਨਾਲੋਂ ਨਮਾਜ਼ ਵਿੱਚ ਤੇ ਲਾਹੌਰ ਦੇ ਵਿੱਚ ਇਹਨਾਂ ਦੀ 1955 ਪੈਦਾਸ਼ ਹੋਈ ਹੈ ਤੇ ਅੱਗਾ ਚੱਲ ਕੇ ਮਜ਼ੀਦ ਇਹਨਾਂ ਸ਼ਾਦੀ ਫਿਰ ਕੀਤੀ ਹੈ ਜਵਾਨੀ 'ਚ ਪਹੁੰਚੇ ਇਹਨਾਂ ਤਾਲੀਮ ਇਹਨਾਂ ਹਾਸਲ ਕਰਕੇ ਲਾਹੌਰ ਦੇ ਵਿੱਚ ਤੇ ਦੀਨ ਦਾ ਇਲਮ ਹਾਸਲ ਕਰਨ ਤੋਂ ਬਾਅਦ ਫਿਰ ਅੱਗਾ ਆ ਗਿਆ ਇਹਨਾਂ ਜੀ ਜੀ ਇਹਨਾਂ ਦੀਆਂ ਔਲਾਦ ਕਿਤਨੀ ਸੀ ਔਲਾਦ ਇਹਨਾਂ ਦੀਆਂ 6 ਬੱਚੀਆਂ ਸਨ ਠੀਕ ਹੈ ਜੀ ਤੇ ਬੇਟਾ ਇਹਨਾਂ ਦਾ ਕੋਈ ਨਹੀਂ ਸੀ ਆਉਂਦਾ ਜਿਸ ਵਕਤ ਇਹਨਾਂ ਦੀ 6 ਬੱਚੀ ਪੈਦਾ ਹੋਈ ਹੈ ਤੇ ਇਹਨਾਂ ਹਾਜੀ ਸੁਲਤਾਨ ਰਾਏ ਫਿਲਮ ਸਟਾਰ ਉਸ ਕੋਲ ਗਏ ਤੇ ਜਾ ਕੇ ਦੁਆ ਕਰਵਾਈ ਨੇ ਕਿ ਹਾਜੀ ਸਾਹਿਬ ਕੋਈ ਦੁਆ ਕਰੋ ਅੱਲਾ ਪਾਕ ਜ਼ਾਤ ਮੈਨੂੰ ਬੱਚਾ ਦੇਵੇ ਠੀਕ ਹੈ ਜੀ ਤੇ ਹਾਜੀ ਸੁਲਤਾਨ ਸਾਹਿਬ ਨੇ ਆਪਣੀ ਮਤਲਬ ਨਮਾਜ਼ ਪੜ੍ਹੀ ਹੈ ਨਮਾਜ਼ ਪੜ੍ਹਨ ਤੋਂ ਬਾਅਦ ਜ਼ਮੀਨ 'ਤੇ ਉੱਤੇ ਸਜਦਾ ਰੇਜ਼ ਹੋਏ ਅਤੇ ਸਜਦਾ ਰੇਜ਼ ਹੋਣ ਤੋਂ ਬਾਅਦ ਅੱਲਾ ਪਾਕ ਕੋਲ ਦੁਆ ਮੰਗੀ ਨੇ ਕਿ ਅੱਲਾ ਪਾਕ ਸਾਡੇ ਮੁਸਲਮਾਨ ਭਾਈ ਸਾਡੇ ਦੋਸਤ ਇਹਨਾਂ ਦੀਆਂ ਬੱਚੀਆਂ 6 ਬੱਚੀਆਂ ਪੈਦਾ ਹੋ ਚੁੱਕੀਆਂ ਲੇਕਿਨ ਇਹਨਾਂ ਨੂੰ ਬੱਚੀ ਦੀ ਬੜੀ ਖਿਹਾਸ਼ ਹੈ ਅੱਲਾ ਪਾਕ ਜ਼ਾਤ ਆਪਣੇ ਬਰਗਾਹ ਦੇ ਵਿੱਚ ਇਹਨਾਂ ਨੂੰ ਇੱਕ ਬੇਟਾ ਅਤਾ ਫਰਮਾਓ ਤੋ ਵੇਖੋ ਬਈ ਬਸ ਇਹ ਤਾਂ ਅੰਦਰ ਦੇ ਹਾਲਾਤ ਅੱਲਾ ਪਾਕ ਕੀ ਜ਼ਾਤ ਜਾਣਦੀ ਹੈ ਸੁਲਤਾਨ ਰਾਈ ਸਾਹਿਬ ਜਿਹੜੇ ਵਾਪਸ ਆਏ ਨੇ ਸਜਦਾ ਰੇਜ਼ ਹੋ ਕੇ ਨਮਾਜ਼ ਪੜ੍ਹੀ ਨੇ ਸਜਦਾ ਰੇਜ਼ ਹੋ ਕੇ ਦੁਆ ਮੰਗੀ ਨੇ ਸ਼ਫ ਗਚੀਮਾ ਸਾਹਿਬ ਵਾਸਤੇ ਅਤੇ ਉਹਨਾਂ ਫਿਰ ਹਾਜੀ ਸੁਲਤਾਨ ਰਾਈ ਸਾਹਿਬ ਉਹਨਾਂ ਨੂੰ ਦੱਸਿਆ ਕਿ ਇਨਸ਼ਾਅੱਲਾ ਤੇਰਾ ਅੱਲਾ ਪਾਕ ਦੇ ਹੁਕਮ ਨਾਲ ਬੱਚਾ ਪੈਦਾ ਹੋ ਸੀ ਅਰਸਾ ਗੁਜ਼ਰਿਆ ਕੁਝ ਮਹੀਨੇ 6 ਮਹੀਨੇ ਸਾਲ ਗੁਜ਼ਰਿਆ ਜਿਸ ਤਰ੍ਹਾਂ ਅਤੇ ਉਹਨਾਂ ਦਾ ਪਿਆਰਾ ਤਾਂ ਖੂਬਸੂਰਤ ਸ਼ਫ ਗਚੀਮਾ ਸਾਹਿਬ ਦਾ 7ਵਾਂ ਮਤਲਬ 6 ਬੱਚੀਆਂ ਔਰ 7ਵਾਂ ਬੱਚਾ ਪੈਦਾ ਹੋਇਆ ਠੀਕ ਹੈ ਜੀ 7ਵਾਂ ਬੱਚਾ ਪੈਦਾ ਹੋਇਆ ਔਰ ਬੜਾ ਖੁਸ਼ ਹੋਇਆ ਠੀਕ ਹੈ ਜੀ ਕਿ ਹਾਜੀ ਸੁਲਤਾਨ ਰਾਈ ਸਾਹਿਬ ਔਰ ਉਸ ਬੱਚੇ ਦੀ ਵੀ ਸ਼ਕਲ ਵੀ ਹਾਜੀ ਸੁਲਤਾਨ ਰਾਈ ਸਾਹਿਬ ਨਾਲ ਮੁਸ਼ਾਬਤ ਰੱਖਦੀ ਹੈ ਜ਼ਰੀ ਗੱਲ ਦੁਨੀਆਂ ਤਾਂ ਦੱਸਦੇ ਨਾ ਕਿ ਕੁਝ ਚੰਦ ਲੋਕ ਹੁੰਦੇ ਨੇ ਕਿ ਦੁਨੀਆਂ ਸ਼ਕਲਾਂ ਉਹਨਾਂ ਦੀ ਮਿਲਦੀ ਜੁਲਦੀ ਹੋਣੀਆਂ ਔਰ ਹਾਜੀ ਸੁਲਤਾਨ ਰਾਈ ਸਾਹਿਬ ਨਾਲ ਉਹਨਾਂ ਦੀ ਸ਼ਕਲ ਵੀ ਮਿਲਦੀ ਜੁਲਦੀ ਹੈ ਔਰ ਬੜਾ ਖੁਸ਼ ਹੋਇਆ ਕਿ ਹਾਜੀ ਸਾਹਿਬ ਮੇਰੇ ਵਾਸਤੇ ਮਦਦ ਕੀਤੀ ਹੈ ਹੁਣ ਖੁਦ ਹੀ ਆਲਮੀ ਦੀਨ ਸਨ ਦੁਆ ਚਲੋ ਖੁਦ ਵੀ ਕੀਤੀ ਉਸ ਨੇ ਕਰਦੇ ਹੋ ਸਨ ਜਿਸ ਨੂੰ ਕੋਈ ਚੀਜ਼ ਅਗਰ ਨਾ ਮਿਲ ਰਹੀ ਹੋਵੇ ਔਲਾਦ ਮਾਮਲਾ ਸੋ ਮਾਮਲਾ ਹਰ ਬੰਦਾ ਦੁਆ ਕਰਦਾ ਲੇਕਿਨ ਕਿਸ ਦੇ ਮੂੰਹ ਕਬੂਲ ਹੁੰਦੀ ਹੈ ਉਹ ਅੱਲਾ ਪਾਕ ਦੀ ਦਾਸ ਜਾਣਦੀ ਹੈ ਸਮਝ ਆ ਗਈ ਹੈ ਤੇ ਕਿਸ ਦੇ ਮੂੰਹ ਹੀ ਕਬੂਲ ਹੋਣੀ ਹੈ ਤੇ ਉਸ ਸ਼ਰ ਉਸ ਬੰਦੇ ਨੂੰ ਆਸਰ ਹੁੰਦਾ ਨਾ ਕਿ ਮਿਸਾਲ ਤੌਰ ਤੇ ਬੰਦਾ ਕਹੇ ਜੀ ਮੈਂ 5 ਦਿਨ ਨਮਾਜ਼ ਨਹੀਂ ਪੜ੍ਹਨਾ ਜੀ ਹਰ ਵਕਤ ਅੱਲਾ ਲੱਗ ਕਰਨਾ ਜੀ ਦੁਆ ਮੰਗਣਾ ਮਾਣੀ ਕਬੂਲ ਨਹੀਂ ਹੋਦਾ ਹੋ ਸਕਦਾ ਮਾਣ ਕੋਈ ਸੰਭਲ ਗਲਤ ਹੋ ਸੀ ਸਮਝ ਆ ਗਈ ਉਹ ਦੁਆ ਕਬੂਲ ਨਾ ਹੋ ਰਹੀ ਹੋ ਸੀ ਹੋ ਸਕਦਾ ਐਸਾ ਬੰਦਾ ਕੋਈ ਨਾਰਮਲ ਬੰਦਾ ਹੋ ਸੀ ਇਬਾਦਤ ਕਰਦਾ ਹੋ ਸੀ ਉਸ ਐਸਾ ਕੋਈ ਅਮਲ ਹੋ ਸੀ ਉਹ ਅੱਲਾ ਦੇ ਹਾਂ ਕਬੂਲ ਹੋ ਜਾ ਸੀ ਤੇ ਉਹ ਜਿਹੜੀ ਖਾਹਿਸ਼ ਕਰ ਸੀ ਉਹ ਉਸਦੀ ਕਬੂਲ ਹੋ ਜਾ ਸੀ ਇਸੇ ਤਰ੍ਹਾਂ ਹਾਜੀ ਸੁਲਤਾਨ ਰਾਈ ਸਾਹਿਬ ਨੇ ਵੀ ਹਾਜੀ ਸੁਲਤਾਨ ਰਾਈ ਸਾਹਿਬ ਨੇ ਸ਼ਫ ਗੁਜੀਮਾ ਸਾਹਿਬ ਵਾਸਤੇ ਦੁਆ ਕੀਤੀ ਹੈ ਤੇ ਉਹਨਾਂ ਨੂੰ ਅੱਲਾ ਪਾਕ ਦਾਤ 6 ਬੇਟੀਆਂ ਤੋਂ ਬਾਅਦ 7ਵਾਂ ਬੱਚਾ ਦਿੱਤਾ ਤੇ 6 ਬੇਟੀਆਂ ਮਤਲਬ ਹੈ ਉਹਨਾਂ ਦਾ ਸਭ ਤੋਂ ਪਹਿਲੀ ਬੇਟੀ ਉਹਨਾਂ ਦਾ ਇੱਕ ਬੇਟੀ ਦਾ ਨਾਮ ਹੈ ਜੀ ਸਹਰ ਦੂਸਰੀ ਦਾ ਮਾਹਰ ਤੀਸਰੀ ਦਾ ਉਜਾਲਾ
ਔਰ ਮਹੂ ਔਰ ਪੰਜਵੀਂ ਦਾ ਉਸਨਾ ਔਰ ਛੱਟੀ ਬੇਟੀ ਦਾ ਫਿਲਮ ਬੇਟੀ ਦਾ ਨਾਂ ਸਾਨੂੰ ਯਾਦ ਨਹੀਂ ਆ ਰਿਹਾ ਅਤੇ ਸੱਤਵਾਂ ਬੇਟਾ ਉਹਨਾਂ ਦਾ ਸ਼ਹਿਰ ਯਾਰ ਠੀਕ ਹੈ ਜੀ ਅਤੇ ਇਹ ਉਹਨਾਂ ਦੇ 7 ਬੱਚੇ ਪੈਦਾ ਹੋਏ ਔਰ ਬੜੇ ਖੁਸ਼ ਹੋਏ ਠੀਕ ਹੈ ਜੀ ਅਤੇ ਇਸ ਵਾਸਤੇ ਕਰ ਗਿਆ ਕਿ ਜਿਹੜਾ ਨਾ ਉਹ ਅੱਲਾਹ ਪਾਕ ਦੀ ਰਾਤ ਬਿਹਤਰ ਜਾਣਦੀ ਹੈ ਅਤੇ ਉਹਨੇ ਜਿਹੜੀ ਤਾਲੀਮ ਹਾਸਿਲ ਕੀਤੀ ਸੀ ਲਾਹੌਰ ਦੇ ਵਿੱਚ ਜਾਮਿਆ ਮਤਲਬ ਨਈਮੇ ਦੇ ਵਿੱਚ ਗ੍ਰੈਜੂਏਸ਼ਨ ਉਹਨਾਂ ਕੀਤਾ ਠੀਕ ਹੈ ਜੀ ਕਰਕੇ ਨਾਲ ਫਿਰ ਉਹ ਨਾਥਾਂ ਤਕਰੀਰਾਂ ਔਰ ਹਵਾਲਾ ਸਾਹਿਬ ਨਾਲ ਉਹ ਦੀਨੀ ਪ੍ਰੋਗਰਾਮ ਕਰਦੇ ਰਹਿਣ ਅੱਜ ਗੱਲ ਐਸੀ ਕਰਕੇ ਜਾਵਾਂਗਾ ਐਕਟਰ ਨਹੀਂ ਜਾ ਮੈਂ ਐਸੀ ਐਸੀ ਗੱਲ ਕਰ ਜਾਵਾਂਗਾ ਕਿ ਤੁਸੀਂ ਕਹੋਗੇ ਯਾਰ ਇਹ ਆਪ ਨਹੀਂ ਬੋਲਦਾ ਇਹਦੇ ਅੰਦਰ ਕੋਈ ਫਕੀਰ ਬੋਲਿਆ ਸ਼ੌਕਤ ਜੀ ਹੁਸੈਨ ਚੀਮਾ ਸਾਹਿਬ ਠੀਕ ਹੈ ਜੀ ਕਰਦੇ ਰਹਿਣ ਕਰਦਿਆਂ ਕਰਦਿਆਂ ਫਿਰ ਅੱਗੇ ਜਾ ਕੇ ਮਜ਼ੀਦ ਉਹਨਾਂ ਜਿਹੜਾ ਫਿਲਮੀ ਕੈਰੀਅਰ ਹੈ ਉਹ ਮਜ਼ੀਦ ਦੂਸਰੇ ਪਾਰਟ ਜਾਂ ਦੋਸਤ ਭਾਈਆਂ ਨਾਲ ਸ਼ੇਅਰ ਕਰਦਾ ਅਤੇ ਇਹ ਉਹਨਾਂ ਦਾ ਜ਼ਿੰਦਗੀ ਦਾ ਮਤਲਬ ਹੈ ਲੰਮਾ ਔਰ ਟਾਈਮ ਗੁਜ਼ਰਿਆ ਅਤੇ ਇਹ ਇਬਤਦਾਈ ਤਾਲੀਮ ਉਹਨਾਂ ਦਾ ਜ਼ਿੰਦਗੀ ਦਾ ਕੈਰੀਅਰ ਬੱਚੇ ਔਰ ਨਾਥਖਾਨੀਆਂ ਔਰ ਦੀਨੀ ਪ੍ਰੋਗਰਾਮ ਔਰ ਫਿਰ ਉਹਨਾਂ ਦੇ ਆਲਮੇ ਦੀਨ ਸ਼ਬਕਤ ਚੀਮਾ ਸਾਹਿਬ ਦੀ ਇਹ ਹੈ ਸਾਡੀ ਮੁਖਤਸਰ ਦੀ ਕਹਾਣੀ ਜੀ ਇਹ ਹੈ ਪਹਿਲਾ ਪਾਠ ਅਤੇ ਇਨਸ਼ਾਅੱਲਾ ਦੂਸਰਾ ਪਾਰਟ ਲੈ ਕੇ ਉਹਨਾਂ ਦਾ ਫਿਲਮੀ ਕੈਰੀਅਰ ਦਾ ਜਿਹੜਾ ਟਾਈਮ ਟੇਬਲ ਹੈ ਉਹ ਲੈ ਕੇ ਆਪਣੇ ਦੋਸਤ ਭਾਈਆਂ ਨਾਲ ਸ਼ੇਅਰ ਅਸੀਂ ਜ਼ਰੂਰ ਕਰਦਾ ਜੀ ਕਿਸ ਤਰ੍ਹਾਂ ਉਹ ਫਿਲਮਾਂ ਦੇ ਵਿੱਚ ਆਏ ਔਰ ਉਹਨਾਂ ਨੇ ਮੈਂ ਮੁਸੀਬਤਾਂ ਵੇਖੀਆਂ ਤਕਲੀਫਾਂ ਵੇਖੀਆਂ ਹਾਲਾਂਕਿ ਕਈ ਲੋਕ ਮਤਲਬ ਹੈ ਤਾਂ ਠੀਕ ਹੈ ਘੱਟਵਾਦੀ ਵੇਖਦੇ ਹਨ ਲੇਕਿਨ ਇਹ ਉਹਨਾਂ ਨਾਲ ਥੋੜ੍ਹੀਆਂ ਤਕਲੀਫਾਂ ਪਰੇਸ਼ਾਨੀ ਵੀ ਬਣੀਆਂ ਹਨ ਉਹ ਅੱਗੇ ਦੋਸਤ ਭਾਈਆਂ ਨਾਲ ਸੰਬੰਧੀ ਸ਼ੇਅਰ ਕਰਦਾ ਕਿ ਉਹਨਾਂ ਫਿਲਮੀ ਕੈਰੀਅਰ ਕਿਸ ਤਰ੍ਹਾਂ ਗੁਜ਼ਰਿਆ ਔਰ ਕਿਸ ਤਰ੍ਹਾਂ ਉਹਨਾਂ ਟਾਈਮ ਬਾਅਦ ਕੀਤਾ ਅਤੇ ਨੈਕਸਟ ਵੀਡੀਓ ਲੈ ਕੇ ਦੂਸਰੇ ਪਾਰਟ ਦੀ ਸ਼ਬਕ ਚੀਮਾ ਸਾਹਿਬ ਦੀ ਅਸੀਂ ਦੋਸਤ ਭਾਈ ਵਾਸਤੇ ਦੁਬਾਰਾ ਹਾਜ਼ਰ ਹੋ ਸਾਂ ਅਤੇ ਸਾਨੂੰ ਦਿਓ ਇਜਾਜ਼ਤਾਂ ਅੱਲਾ ਹਾਫਿਜ਼।